ਸਾਨੂੰ ਗਲੀ ਨੰਬਰ 18 ਮੁਹੱਲਾ ਫਤਿਹ ਸਿੰਘ ਨਗਰ 'ਚੋਂ ਇੱਕ ਮਾਮਲਾ ਜਨਾਨੀ ਸਾਡੇ ਕੋਲ ਆਈ ਨੇ, ਉਹਨੇ ਦੱਸਿਆ ਵੀ ਜਿਹੜਾ ਮੇਰੇ ਘਰ ਵਾਲਾ ਵਿਜੇ ਕੁਮਾਰ ਆ ਉਹ ਕੋਈ ਹੋਰ ਜਨਾਨੀ ਰਿਲੇਸ਼ਨ ਵਿੱਚ ਰਹਿੰਦਾ ਵਾ, ਜਿਹੜੀ ਉਹਦੇ ਨਾਲ ਰਿਲੇਸ਼ਨ ਰਹਿੰਦੀ ਆ ਉਹਦਾ ਨਾਂ ਸੁਮਨ ਆ, ਉਹਦੇ 3 ਬੱਚੇ ਨੇ, ਜਿਹੜਾ ਵਿਜੇ ਕੁਮਾਰ ਆ ਉਹਦੇ 4 ਬੱਚੇ ਨੇ। ਇਹ ਹੁਣ ਦੋਨੇ ਪਾਰਟੀਆਂ ਬੁਲਾਈਆਂ ਨੇ, ਬਾਅਦ ਤਫਤੀਸ਼ ਜੋ ਹੋਊਗਾ ਉਹ ਸਾਹਮਣੇ ਲੈਂਦੇ ਜਾਊਗਾ। ਇਹ ਸਾਨੂੰ ਗਲੀ ਨੰਬਰ 18 ਮੁਹੱਲਾ ਫਤਿਹ ਸਿੰਘ ਨਗਰ 'ਚੋਂ ਇੱਕ ਮਾਮਲਾ ਜਨਾਨੀ ਸਾਡੇ ਕੋਲ ਆਈ ਨੇ, ਉਹਨੇ ਦੱਸਿਆ ਵੀ ਜਿਹੜਾ ਮੇਰੇ ਘਰ ਵਾਲਾ ਵਿਜੇ ਕੁਮਾਰ ਆ ਉਹ ਕੋਈ ਹੋਰ ਜਨਾਨੀ ਰਿਲੇਸ਼ਨ ਵਿੱਚ ਰਹਿੰਦਾ ਵਾ, ਜਿਹੜੀ ਉਹਦੇ ਨਾਲ ਰਿਲੇਸ਼ਨ ਰਹਿੰਦੀ ਆ ਉਹਦਾ ਨਾਂ ਸੁਮਨ ਆ, ਉਹਦੇ 3 ਬੱਚੇ ਨੇ, ਜਿਹੜਾ ਵਿਜੇ ਕੁਮਾਰ ਆ ਉਹਦੇ 4 ਬੱਚੇ ਨੇ। ਇਹ ਹੁਣ ਦੋਨੇ ਪਾਰਟੀਆਂ ਬੁਲਾਈਆਂ ਨੇ, ਬਾਅਦ ਤਫਤੀਸ਼ ਜੋ ਹੋਊਗਾ ਉਹ ਸਾਹਮਣੇ ਲੈਂਦੇ ਜਾਊਗਾ। ਇਹ ਸਾਨੂੰ ਗਲੀ ਨੰਬਰ 18 ਮੁਹੱਲਾ ਫਤਿਹ ਸਿੰਘ ਨਗਰ 'ਚੋਂ ਇੱਕ ਮਾਮਲਾ ਜਨਾਨੀ ਸਾਡੇ ਕੋਲ ਆਈ ਨੇ, ਉਹਨੇ ਦੱਸਿਆ ਵੀ ਜਿਹੜਾ ਮੇਰੇ ਘਰ ਵਾਲਾ ਵਿਜੇ ਕੁਮਾਰ ਆ ਉਹ ਕੋਈ ਹੋਰ ਜਨਾਨੀ ਰਿਲੇਸ਼ਨ ਵਿੱਚ ਰਹਿੰਦਾ ਵਾ, ਜਿਹੜੀ ਉਹਦੇ ਨਾਲ ਰਿਲੇਸ਼ਨ ਰਹਿੰਦੀ ਆ ਉਹਦਾ ਨਾਂ ਸੁਮਨ ਆ, ਉਹਦੇ 3 ਬੱਚੇ ਨੇ, ਜਿਹੜਾ ਵਿਜੇ ਕੁਮਾਰ ਆ ਉਹਦੇ 4 ਬੱਚੇ ਨੇ। ਇਹ ਹੁਣ ਦੋਨੇ ਪਾਰਟੀਆਂ ਬੁਲਾਈਆਂ ਨੇ, ਬਾਅਦ ਤਫਤੀਸ਼ ਜੋ ਹੋਊਗਾ ਉਹ ਸਾਹਮਣੇ ਲੈਂਦੇ ਜਾਊਗਾ। ਇਹ ਸਾਨੂੰ ਗਲੀ ਨੰਬਰ 18 ਮੁਹੱਲਾ ਫਤਿਹ ਸਿੰਘ ਨਗਰ 'ਚੋਂ ਇੱਕ ਮਾਮਲਾ ਜਨਾਨੀ ਸਾਡੇ ਕੋਲ ਆਈ ਨੇ, ਉਹਨੇ ਦੱਸਿਆ ਵੀ ਜਿਹੜਾ ਮੇਰੇ ਘਰ ਵਾਲਾ ਵਿਜੇ ਕੁਮਾਰ ਆ ਉਹ ਕੋਈ ਹੋਰ ਜਨਾਨੀ ਰਿਲੇਸ਼ਨ ਵਿੱਚ ਰਹਿੰਦਾ ਵਾ, ਜਿਹੜੀ ਉਹਦੇ ਨਾਲ ਰਿਲੇਸ਼ਨ ਰਹਿੰਦੀ ਆ ਉਹਦਾ ਨਾਂ ਸੁਮਨ ਆ, ਉਹਦੇ 3 ਬੱਚੇ ਨੇ, ਜਿਹੜਾ ਵਿਜੇ ਕੁਮਾਰ ਆ ਉਹਦੇ 4 ਬੱਚੇ ਨੇ। ਇਹ ਹੁਣ ਦੋਨੇ ਪਾਰਟੀਆਂ ਬੁਲਾਈਆਂ ਨੇ, ਬਾਅਦ ਤਫਤੀਸ਼ ਜੋ ਹੋਊਗਾ ਉਹ ਸਾਹਮਣੇ ਲੈਂਦੇ ਜਾਊਗਾ। ਇਹ ਸਾਨੂੰ ਗਲੀ ਨੰਬਰ 18 ਮੁਹੱਲਾ ਫਤਿਹ ਸਿੰਘ ਨਗਰ 'ਚੋਂ ਇੱਕ ਮਾਮਲਾ ਜਨਾਨੀ ਸਾਡੇ ਕੋਲ ਆਈ ਨੇ, ਉਹਨੇ ਦੱਸਿਆ ਵੀ ਜਿਹੜਾ ਮੇਰੇ ਘਰ ਵਾਲਾ ਵਿਜੇ ਕੁਮਾਰ ਆ ਉਹ ਕੋਈ ਹੋਰ ਜਨਾਨੀ ਰਿਲੇਸ਼ਨ ਵਿੱਚ ਰਹਿੰਦਾ ਵਾ, ਜਿਹੜੀ ਉਹਦੇ ਨਾਲ ਰਿਲੇਸ਼ਨ ਰਹਿੰਦੀ ਆ ਉਹਦਾ ਨਾਂ ਸੁਮਨ ਆ, ਉਹਦੇ 3 ਬੱਚੇ ਨੇ, ਜਿਹੜਾ ਵਿਜੇ ਕੁਮਾਰ ਆ ਉਹਦੇ 4 ਬੱਚੇ ਨੇ। ਇਹ ਹੁਣ ਦੋਨੇ ਪਾਰਟੀਆਂ ਬੁਲਾਈਆਂ ਨੇ, ਬਾਅਦ ਤਫਤੀਸ਼ ਜੋ ਹੋਊਗਾ ਉਹ ਸਾਹਮਣੇ ਲੈਂਦੇ ਜਾਊਗਾ। ਇਹ ਸਾਨੂੰ ਗਲੀ ਨੰਬਰ 18 ਮੁਹੱਲਾ ਫਤਿਹ ਸਿੰਘ ਨਗਰ 'ਚੋਂ ਇੱਕ ਮਾਮਲਾ ਜਨਾਨੀ ਸਾਡੇ ਕੋਲ ਆਈ ਨੇ, ਉਹਨੇ ਦੱਸਿਆ ਵੀ ਜਿਹੜਾ ਮੇਰੇ ਘਰ ਵਾਲਾ ਵਿਜੇ ਕੁਮਾਰ ਆ ਉਹ ਕੋਈ ਹੋਰ ਜਨਾਨੀ ਰਿਲੇਸ਼ਨ ਵਿੱਚ ਰਹਿੰਦਾ ਵਾ, ਜਿਹੜੀ ਉਹਦੇ ਨਾਲ ਰਿਲੇਸ਼ਨ ਰਹਿੰਦੀ ਆ ਉਹਦਾ ਨਾਂ ਸੁਮਨ ਆ, ਉਹਦੇ 3 ਬੱਚੇ ਨੇ, ਜਿਹੜਾ ਵਿਜੇ ਕੁਮਾਰ ਆ ਉਹਦੇ 4 ਬੱਚੇ ਨੇ। ਇਹ ਹੁਣ ਦੋਨੇ ਪਾਰਟੀਆਂ ਬੁਲਾਈਆਂ ਨੇ, ਬਾਅਦ ਤਫਤੀਸ਼ ਜੋ ਹੋਊਗਾ ਉਹ ਸਾਹਮਣੇ ਲੈਂਦੇ ਜਾਊਗਾ।